ਅੰਮ੍ਰਿਤਸਰ ਦੇ ਨਵ ਨਿਯੁਕਤ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਬਤੌਰ ਕਮਿਸ਼ਨਰ ਆਪਣਾ ਕਾਰਜਭਾਰ ਸੰਭਾਲਿਆ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਉਹ ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਉਣਗੇ। ਦੇਖੋ, ਮੈਂ ਤਾਂ ਇੱਕ ਗੱਲ ਤੁਹਾਨੂੰ ਦੱਸਦਾ, ਜੇ ਤੁਹਾਨੂੰ ਯਾਦ ਹੋਵੇ, ਮੈਂ ਤਾਂ ਆਪ ਮੀਟ ਮੰਡੀ ਅਤੇ ਹੋਰ ਜਾ ਕੇ ਪਬਲਿਕ ਦੀਆਂ ਸਾਰੀਆਂ ਮੀਟਿੰਗਾਂ ਸਟਾਰਟ ਕੀਤੀਆਂ ਸੀ। ਉਸ ਤੋਂ ਬਾਅਦ ਕੋਡ ਆਫ ਕੰਡਕਟ ਆਨ ਕਰਕੇ ਫਿਰ ਆਪਾਂ ਉਹ ਬੰਦ ਕਰ ਗਏ ਸੀ। ਪਬਲਿਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੰਮ ਦੇ ਅੱਖਾਂ ਨੇ, ਔਰ ਉਸ ਤੋਂ ਬਿਨਾਂ ਕੋਈ ਵੀ ਪੁਲਿਸ ਨਿਜ਼ਾਮ ਜਿਹੜਾ ਵਰਲਡ ਓਵਰ ਕਿਤੇ ਵੀ ਕਾਮਯਾਬ ਨਹੀਂ ਹੈ। ਬਿਲਕੁਲ ਡੈਫੀਨੇਟਲੀ ਮੈਂ ਪਹਿਲਾਂ ਹੀ ਕਿਹਾ ਕਿ ਜਿਹੜੇ ਸਾਡੇ ਇੰਨੇ ਵਿਜ਼ਟਰ ਆਉਂਦੇ ਨੇ ਉਹ ਟ੍ਰੈਫਿਕ ਸਾਡੀ ਪ੍ਰਾਇਰਟੀ ਹੈ ਹੀ ਹੈ, ਔਰ ਅੱਗੇ ਵੀ ਕਰਾਂਗੇ। ਤੁਹਾਨੂੰ ਪਹਿਲਾਂ ਵੀ ਪਤਾ ਵੀ ਆਪਾਂ ਟ੍ਰੈਫਿਕ ਨੂੰ ਕਿੰਨਾ ਸੁਚਾਰੂ ਢੰਗ ਚਲਾਉਣ ਵਾਸਤੇ ਕਿੰਨੇ ਆਪਾਂ ਨਵੇਂ ਐਕਸਪੈਰੀਮੈਂਟ ਕੀਤੇ, ਚਾਹੇ ਉਹ ਭੰਡਾਰੀ ਪੁਲ 'ਤੇ ਸੀ ਹੋਰ ਸੀ, ਉਹਨੂੰ ਆਪ ਵਿਜ਼ਿਟ ਕਰਕੇ ਆਪਾਂ ਕਰਾਂਗੇ। ਔਰ ਤੁਹਾਡੇ ਵੀ ਜਿਹੜੇ ਕੋਈ ਆਈਡੀਆਜ਼ ਨੇ ਪਬਲਿਕ ਵੱਲੋਂ ਆਉਂਦੇ ਆ, ਉਹਨੂੰ ਵੀ ਅਸੀਂ ਫਿਰ ਇੱਥੇ ਸਾਡੇ ਵਾਸਤੇ ਹੈਗੇ, ਉਹ ਬੜੇ ਕ੍ਰੀਏਟਿਵ ਆਈਡੀਆਜ਼ ਕਈ ਵਾਰ ਆਉਂਦੇ ਆ। ਸੋ ਦੈਟ ਆਪਣਾ ਮੇਨ ਮਕਸਦ ਤਾਂ ਸਾਰਿਆਂ ਦਾ ਕਿ ਅਸੀਂ ਫ੍ਰੀ ਫਲੋ ਆਫ ਟ੍ਰੈਫਿਕ ਹੋਵੇ ਔਰ ਆਮ ਬੰਦੇ ਨੂੰ ਕਿਤੇ ਵੀ ਪਹੁੰਚਣ 'ਚ ਦਿੱਕਤ ਨਾ।